ਇੱਥੇ ਆਪਣੀ ਹੀ ਗਰਾਊਂਡ ਦੇ ਵਿੱਚ ਕੀਤਾ? ਬਹੁਤ ਖੁਸ਼ੀ ਦਾ ਮਾਹੌਲ ਹੈ ਜੀ, ਬਹੁਤ ਖੁਸ਼ੀ ਆ, ਅਸੀਂ ਮੈਡਲ ਲੈ ਕੇ ਆਏ ਹਾਂ। ਇਹ ਸਰਦਾਰ ਸ਼ਾਮ ਸਿੰਘ ਦੀ ਟਾਹਰੀ ਆ ਜੀ, ਇਹ ਤਾਂ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਅਤੇ ਅੱਜ ਅਸੀਂ ਦੇਸ਼ ਲਈ ਮੈਡਲ ਲੈ ਕੇ ਆਏ ਹਾਂ। ਅਤੇ ਇੱਦਾਂ ਹੀ ਗਾਂਹ ਅਸੀਂ ਮੈਡਲ ਲੈਂਦੇ ਆਵਾਂਗੇ ਅਤੇ ਟਾਹਰੀ ਗਰਾਊਂਡ 'ਚ ਅਸੀਂ ਇੱਦਾਂ ਹੀ ਸਾਡਾ ਸਮਾਂ ਹੁੰਦਾ ਰਹੂਗਾ। ਅੱਜ ਪਿੰਡ ਵਾਲਿਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ, ਕਿੰਨਾ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ ਜੀ। ਇਹ ਖੁਸ਼ੀ ਹਰ ਵਾਰੀ ਮਿਲਦੀ ਆ ਜੀ। ਪਿਛਲੀਆਂ ਅਸੀਂ ਕਾਮਨਵੈਲਥ ਗੇਮਾਂ 'ਚ ਮੈਡਲ ਲੈ ਕੇ ਆਏ ਸੀ, ਓਲੰਪਿਕ 'ਚ ਮੈਡਲ ਲੈ ਕੇ ਆਏ ਸੀ, ਅੱਜ ਅਸੀਂ ਏਸ਼ੀਅਨ ਚੈਂਪੀਅਨ ਟਰੋਫੀ 'ਚ ਮੈਡਲ ਲੈ ਕੇ ਆਏ ਹਾਂ। ਅਤੇ ਸਾਨੂੰ ਹਰ ਸਮਾਨ ਇੱਦਾਂ ਹੀ ਸਾਨੂੰ ਸਨਮਾਨਿਤ ਮਿਲਦਾ ਵਾ, ਸਾਨੂੰ ਬਹੁਤ ਖੁਸ਼ੀ ਆ ਜੀ ਇਸ ਚੀਜ਼ ਦੀ। ਗਰਾਊਂਡ ਦਾ ਉਪਰਾਲਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੇ ਸਪੋਰਟਸ ਮਿਨਿਸਟਰ ਆ ਮੀਟੇਅਰ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਅਤੇ ਸਾਨੂੰ ਐਕਸਟਰਾ ਟਰਫ ਦਿੱਤੀ ਜਾਵੇ, ਜਿਹੜੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜ੍ਹਾ ਸਟਰੋਂਗ ਹੋਵੇ। ਅਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਇਸ ਟਾਈਮ ਅਕੈਡਮੀਆਂ ਦੇ ਵਿੱਚ ਖੇਡ ਰਹੇ ਨੇ, ਅਤੇ ਉਹ ਇਸ ਟਾਈਮ ਸਾਨੂੰ ਲੱਗਦਾ ਕਿ ਨੈਕਸਟ ਉਹ ਇੰਡੀਆ ਟੀਮ ਦੇ ਵਿੱਚ ਜ਼ਰੂਰ ਜਾਣਗੇ ਅਤੇ ਮੈਡਲ ਲੈ ਕੇ ਆਉਣਗੇ। ਨੌਜਵਾਨਾਂ ਨੂੰ ਕੀ ਅਪੀਲ ਹੈ? ਨੌਜਵਾਨਾਂ ਨੂੰ ਇਹੋ ਅਪੀਲ ਆ ਜੀ, ਨਸ਼ਿਆਂ ਤੋਂ ਦੂਰ ਰਹਿਣ, ਵੱਧ ਤੋਂ ਵੱਧ ਗਰਾਊਂਡ 'ਚ ਆਉਣ ਅਤੇ ਆਪਣੀ ਮਿਹਨਤ ਕਰਨ, ਅੱਗੇ ਵਧਣ। ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਇਹ ਨਵੇਂ ਕੋਚ ਨੇ ਇੱਥੇ ਟਾਰੀ ਦੇ ਵਿੱਚ, ਇਹ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਹੇ ਆ ਬਹੁਤ ਜ਼ਿਆਦਾ। ਇਹਨਾਂ ਨੇ ਮਿਹਨਤ ਕਰਵਾਈ ਬੱਚਿਆਂ ਨੂੰ, ਇਸ ਟਾਈਮ ਇਹਨਾਂ ਦੇ ਖਿਲਾਫ ਜਿਹੜੇ ਬੱਚੇ ਨੇ ਉਹ ਅਕੈਡਮੀਆਂ ਦੇ ਵਿੱਚ ਗਏ ਆ ਅਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ 'ਚੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ। ਹੁਣ ਇਸ ਟਾਈਮ ਨੈਸ਼ਨਲ ਦੇ ਵਿੱਚ ਤਾਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ, ਮੈਡਲ ਲੈ ਕੇ ਆਏ ਆ ਅਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਹਨਤ ਕਰਵਾ ਰਹੇ ਨੇ। ਅਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਦੇ ਬੱਚਿਆਂ ਨੂੰ ਮਿਹਨਤ ਕਰਵਾਉਣ, ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ। ਆਉਣ ਵਾਲੇ ਸਮੇਂ 'ਤੇ ਇੰਟਰਨੈਸ਼ਨਲ ਪਲੇਅਰ ਹੋਰ ਲੱਭਣਗੇ ਜੀ ਅਟਾਰੀ ਵਿੱਚ? ਬਿਲਕੁਲ ਬਿਲਕੁਲ ਲੱਭਣਗੇ ਜੀ, ਸਾਡੇ ਅਟਾਰੀ ਦੇ ਵਿੱਚ 100+ ਬੱਚਾ ਆ ਰਿਹਾ ਕਿ ਖੇਡਣ ਦੇ ਵਿੱਚ ਅਤੇ ਕਾਫੀ ਹੋਣਹਾਰ ਬੱਚੇ ਨੇ ਅਟਾਰੀ ਦੇ, ਅਤੇ ਸਾਨੂੰ ਹੋਰ 2-3 ਸਾਲਾਂ ਦੇ ਵਿੱਚ ਸਾਨੂੰ ਬੱਚੇ ਜ਼ਰੂਰ ਇੰਡੀਆ ਟੀਮ ਦੇ ਵਿੱਚ ਮਿਲਣਗੇ। ਆਪਣੇ ਬਾਰੇ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਈ ਦਾ ਸਵਾਗਤ ਕੀਤਾ? ਮੈਂ ਅਮਰਜੀਤ ਸਿੰਘ ਛਿੰਦਾ, ਹਾਕੀ ਕੋਚ ਅਟਾਰੀ। ਅੱਜ ਅਸੀਂ ਚੈਂਪੀਅਨ ਟਰੋਫੀ, ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ 'ਤੇ ਯੁਵਰਾਜ ਸਿੰਘ ਦਾ ਪਿੰਡ ਆਉਣ 'ਤੇ ਸਵਾਗਤ ਕਰਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ। ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ, ਸਾਡੇ ਬੱਚੇ ਬਹੁਤ ਖੁਸ਼ ਨੇ। ਅਸੀਂ ਇਹਨਾਂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹਾਂ, ਸਾਨੂੰ ਬਹੁਤ ਖੁਸ਼ੀ ਹੈ। ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਹਨਾਂ ਗਰਾਊਂਡਾਂ ਦੇ ਵਿੱਚ ਹੈ, ਔਰ ਮੇਰਾ 150 ਬੱਚਾ ਕਿਸੇ ਵੀ ਗਰਾਊਂਡ 'ਚ ਨਹੀਂ ਹੈਗਾ ਜਿਹੜਾ ਸਾਡੀ ਇਹਨਾਂ ਗਰਾਊਂਡਾਂ ਦੇ ਵਿੱਚ 150 ਬੱਚਾ ਖੇਡ ਰਿਹਾ। ਉਹ ਇਹਨਾਂ ਸੀਨੀਅਰ ਜਿਹੜੇ ਜੋਗੇ ਹੋਣੀ ਨੇ, ਯੁਵਰਾਜ ਆ, ਸ਼ਮਸ਼ੇਰ ਆ, ਇਹਨਾਂ ਦੀ ਰੋਲਟੀ ਆ, ਇਹ ਸਮੇਂ-ਸਮੇਂ 'ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ, ਬੱਚਿਆਂ ਦੀ ਹੈਲਪ ਕਰਦੇ ਨੇ ਅਤੇ ਅਸੀਂ ਇਹਨਾਂ ਦਾ ਪਿੰਡ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਮਨਾਈ ਜਾ ਰਹੀ? ਪਿੰਡ ਵਿੱਚ ਬਹੁਤ ਖੁਸ਼ੀ ਹੈ ਜੀ, ਪਿੰਡ ਦੇ ਨਾਲ ਸਾਰੇ ਪਤਵੰਤੇ ਸੱਜਣ ਆਏ ਨੇ ਪਿੰਡ ਦਾ, ਇਹਨਾਂ ਦਾ ਯੁਵਰਾਜ ਦਾ ਸਵਾਗਤ ਕਰਨ ਵਾਸਤੇ ਅਸੀਂ ਇਹਨਾਂ ਦਾ ਪਿੰਡ ਪਹੁੰਚਣ 'ਤੇ ਸਵਾਗਤ ਕਰਦੇ ਹਾਂ। ਕੀ ਉਮੀਦ ਰੱਖਦੇ ਇਹਨਾਂ ਤੋਂ ਆਉਣ ਵਾਲੇ ਸਮੇਂ ਦਾ? ਇਹਨਾਂ ਤੋਂ ਉਮੀਦ ਤਾਂ ਬਹੁਤ ਹੈ ਜੀ, ਸਾਨੂੰ ਆਸਾਂ ਤਾਂ ਹੈਗੀਆਂ ਜੀ ਇਹਨਾਂ ਤੋਂ, ਇਹ ਜਿੰਨੇ ਦੋ ਨੇ ਦੋਵਾਂ 'ਚੋਂ ਸਾਨੂੰ ਬਾਈ ਮਿਲਣ, ਹਾਂਜੀ, ਇਹ ਸਾਰੇ ਨੈਸ਼ਨਲ ਨਿਕਲ ਪਲੇਅਰ, ਇਹ ਅੱਗੇ ਇਹਨਾਂ ਨੂੰ ਸਮਝਾਉਣ, ਖਿਡਾਉਣ ਇਹਨਾਂ ਨੂੰ, ਇਹਨਾਂ ਦੀ ਹੈਲਪ ਕਰਨ। ਅਸੀਂ ਵੀ ਜਿੱਦਾਂ ਸਾਡੇ ਸੀਨੀਅਰ ਸਾਡੀ ਹੈਲਪ ਕਰਦੇ ਰਹੇ, ਅਸੀਂ ਬੱਚਿਆਂ ਦੀ ਹੈਲਪ ਕਰਨ ਦੇ ਹਾਂ। ਅਤੇ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹੋ ਜਿਹੀ ਗਰਾਊਂਡ ਹੈ, ਵੱਖਰੀ ਗਰਾਊਂਡ ਆ ਵੀ ਜਿਹਦੇ ਵਿੱਚ ਕਿਸੇ ਵੀ ਬੱਚੇ ਕੋਈ ਫੀਸ ਨਹੀਂ ਆ, ਔਰ ਕੋਈ ਕਿਸੇ ਸਕੂਲ ਕੋ ਫੀਸ ਨਹੀਂ ਲਈ ਜਾਂਦੀ, ਔਰ ਸਾਰਾ ਹੀ NRI ਵੀਰ ਜਾਂ ਯੁਵਰਾਜ ਸ਼ਮਸ਼ੇਰ ਜਾਂ ਹੀ ਇਹ ਸਾਰੇ ਮਿਲ ਜੁਲ ਕੇ ਗਰਾਊਂਡ ਚਲਾਉਂਦੇ ਹਾਂ।
ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਐਸਟ੍ਰੋ ਟਰਫ ਦਿੱਤੀ ਜਾਵੇ ਤਾਂ ਕਿ ਅਸੀਂ ਹੋਰ ਨੈਸ਼ਨਲ ਪਲੇਅਰ ਤਿਆਰ ਕਰ ਸਕੀਏ। ਸਾਡੀ ਇਹ ਜਿਹੜੀ ਮੰਗ ਆ ਬਹੁਤ ਚਿਰ ਦੀ ਆ ਅਤੇ ਸਾਡੀ ਇਹ ਮੰਗ ਪ੍ਰਵਾਨ ਹੋਣੀ ਚਾਹੀਦੀ। ਬਹੁਤ ਜਗ੍ਹਾ 'ਤੇ ਐਸਟ੍ਰੋ ਟਰਫ ਲੱਗ ਚੁੱਕੀ ਆ ਜਿੱਥੇ 30-25 ਪਲੇਅਰ ਖੇਡਦੇ ਨੇ ਅਤੇ ਸਾਡੇ ਕੋਲ ਇੰਨੇ ਪਲੇਅਰ ਆ ਵੀ ਸਾਡੇ ਕੋਲ ਸਾਂਭੇ ਨਹੀਂ ਜਾਂਦੇ ਅਤੇ ਅਸੀਂ ਛੋਟੀ ਜਿਹੀ ਗਰਾਊਂਡ ਦੇ ਵਿੱਚ ਇੰਨੇ ਕਿੱਥੇ ਖਿਡਾ ਸਕੀਏ। ਅਸੀਂ ਮੰਗ ਕਰਦੇ ਹਾਂ ਵੀ ਸਾਡੇ ਕੋਲ ਗਰਾਊਂਡ ਖੁੱਲ੍ਹੀ ਹੋਣੀ ਚਾਹੀਦੀ ਹੈ ਅਤੇ ਅਸੀਂ ਸਾਰੇ ਬੱਚਿਆਂ ਨੂੰ ਹਾਕੀ ਦੇ ਕੋਰਸ ਸਿਖਾ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਵੀ ਸਾਡੇ ਪਿੰਡ ਮੀਡੀਆ ਦੇ ਤੌਰ 'ਤੇ ਆਏ ਜੋ। ਅਤੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ, ਮੈਂ ਅਟਾਰੀ ਹਾਕੀ ਕੋਚ ਇੱਥੇ ਆਪਣੀ ਕੋਚਿੰਗ ਦੇ ਰਿਹਾ ਜੀ। ਅਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ ਆ ਵੀ ਜੁਗਰਾਜ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰੋਫੀ ਵਿੱਚ ਗੋਲਡ ਮੈਡਲ ਲੈ ਕੇ ਆਇਆ ਅਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ, ਉਹਦੇ ਵਿੱਚ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜੁਗਰਾਜ ਸਿੰਘ ਨੇ ਗੋਲ ਕੀਤਾ ਜੀ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਜੀ ਕਿ ਲਾਸਟ ਗੋਲ ਵੀ ਜੁਗਰਾਜ ਸਿੰਘ ਦਾ ਹੋਇਆ, ਚਲੋ ਟੀਮ ਸਾਰੀ ਦਾ ਜ਼ੋਰ ਲੱਗਾ, ਚਲੋ ਲਾਸਟ ਗੋਲ ਇਹਦੇ ਹਿੱਸੇ ਆਇਆ ਜੀ, ਅਤੇ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ। ਅੱਜ ਸਾਡੇ ਜੋ ਅੱਜ ਜੁਗਰਾਜ ਸਿੰਘ ਜੀ ਇੱਥੇ ਪਹੁੰਚੇ ਨੇ ਅਟਾਰੀ ਹਾਕੀ ਗਰਾਊਂਡ, ਸਿੱਧਾ ਵੀ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਜੀ। ਅੱਜ ਕਿੰਨਾ ਸਵਾਗਤ ਹੈ, ਕਿੰਨੀ ਖੁਸ਼ੀ ਦੀ ਲਹਿਰ ਹੈ ਲੱਗਦੀ? ਤੁਸੀਂ ਦੇਖਿਆ ਹੀ ਹੈ ਜੀ, ਇਹ ਅਟਾਰੀ ਜੀ ਦਾ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ। ਹਰ ਵਾਰ ਹੁੰਦਾ ਜੀ, ਜਦੋਂ ਬਰਮਿੰਘਮ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਬਰਾਊਂਜ਼ ਮੈਡਲ ਲੱਗਿਆ ਸੀ ਉਦੋਂ ਵੀ ਇਹੋ ਜੀ, ਅਤੇ ਹੁਣ ਲਾਸਟ ਟਾਈਮ ਜਦੋਂ ਓਲੰਪਿਕ ਦੇ ਵਿੱਚ ਬਰਾਊਂਜ਼ ਮੈਡਲ ਆਇਆ ਜੀ ਉਦੋਂ ਵੀ ਸਾਡੇ ਵਿਆਹ ਵਾਲਾ ਮਾਹੌਲ, ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਅਤੇ ਇਹਨਾਂ ਜੁਗਰਾਜ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ NRI ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ ਗੋਲਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ NRI ਵੀਰ ਨੇ ਆ ਜੋ ਕਿ ਸਾਨੂੰ ਸਮਾਨ ਪ੍ਰੋਵਾਈਡ ਕੀਤਾ। ਗੋਲਕੀਪਰ ਦੀ ਕਿੱਟ ਹੈਗੀ ਜੀ, ਅਤੇ 100 ਫੁੱਟ ਦਾ ਨੈੱਟ ਹੈਗਾ ਜੀ, ਉਹਦੇ ਵਿੱਚ ਸਾਨੂੰ NRI ਵੀਰ ਜਿਹੜੇ ਭੇਜਣ ਵਾਲੇ ਸਮਾਨ ਜੀ, ਹਰ ਸਮੇਂ ਦੇ ਸਾਨੂੰ NRI ਵੀਰ ਸਮਾਨ ਭੇਜਦੇ ਆ ਜੀ। ਜੁਗਰਾਜ ਸਿੰਘ, ਸ਼ਮਸ਼ੇਰ ਸਿੰਘ ਇਹਨਾਂ ਦੀ ਮਦਦ ਹੁੰਦੀ ਹੈ ਜੀ। ਹੁਣ ਇਸ ਟਾਈਮ ਸਾਨੂੰ ਇਸ ਗੋਲਕੀਪਰ ਦੀ ਜਿਹੜੀ ਕਿੱਟ ਆ, ਅਰਸ਼ਦੀਪ ਕੈਨੇਡਾ ਨੇਸਟਾ ਤੋਂ ਹੈਗੇ ਨੇ ਜੀ, ਕਰਨਵੀਰ ਸਿੰਘ ਸੰਧੂ ਜੋ ਕਿ ਕੈਨੇਡਾ ਹੈਗਾ, ਅਤੇ ਜਗਰੂਪ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ, ਉਹਨਾਂ ਵੱਲੋਂ ਸਾਨੂੰ ਜੁਗਰਾਜ ਸਿੰਘ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ ਦੀ ਖੁਸ਼ੀ ਵਿੱਚ ਸਮਾਨ ਪ੍ਰੋਵਾਈਡ ਕੀਤਾ ਗਿਆ, ਜੋ ਕਿ ਅੱਜ ਅਸੀਂ ਬੱਚਿਆਂ ਦੇ ਵਿੱਚ ਦਿੱਤਾ ਹੋਇਆ ਜੁਗਰਾਜ ਸਿੰਘ ਦੇ ਸ਼ੋਭ ਹੱਥਾਂ ਦੇ ਨਾਲ ਬੱਚਿਆਂ ਨੂੰ ਆਪਾਂ ਸੌਂਪ ਦਿੱਤਾ ਹੋਇਆ ਜੀ, ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ।